ਸਾਰੇ ਹੀ ਵੀਰਾਂ ਭੈਣਾਂ ਦਾ ਮੇਰੇ YouTube ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਆਪਾਂ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ, ਬੇਈਮਾਨ ਰਾਹੁਲ ਆਰਿਆ ਦਾ ਸੱਚ। ਰਾਹੁਲ ਆਰਿਆ ਜੋ ਕਿ ਥੈਂਕਸ ਭਾਰਤ ਨਾਮ ਦਾ ਇੱਕ YouTube ਚੈਨਲ ਚਲਾਉਂਦਾ ਹੈ, ਅਤੇ ਉਸ ਦੇ ਵਿੱਚ ਉਹ ਗੁਰਬਾਣੀ ਦੇ ਬਾਰੇ ਦੇ ਵਿੱਚ ਬਹੁਤ ਗਲਤ ਬਿਆਨੀ ਕਰ ਰਿਹਾ ਹੈ। ਗੁਰਬਾਣੀ ਦੇ ਮਨ ਘੜਤ ਅਰਥ ਕਰ ਕਰਕੇ ਉਹ ਲੋਕਾਂ ਦੇ ਸਾਹਮਣੇ ਰੱਖ ਰਿਹਾ ਹੈ ਅਤੇ ਲੋਕਾਂ ਨੂੰ ਮਿਸਗਾਈਡ ਕਰ ਰਿਹਾ ਹੈ। ਸੋ ਉਸੇ ਹੀ ਰਾਹੁਲ ਆਰਿਆ ਦਾ ਪਰਦਾਫਾਸ਼ ਕਰਨ ਦੇ ਵਾਸਤੇ ਮੈਂ ਇਹ ਲੜੀ ਸ਼ੁਰੂ ਕੀਤੀ ਹੈ। ਇਸ ਲੜੀ ਦੇ ਵਿੱਚ ਆਪਾਂ ਜਿਹੜੇ ਜਿਹੜੇ ਸ਼ਬਦ ਉਸਨੇ ਆਪਣੀ ਵੀਡੀਓ ਦੇ ਵਿੱਚ ਲਏ ਸਨ, ਉਹਨਾਂ ਸ਼ਬਦਾਂ ਦੀ ਜੋ ਗੁਰਬਾਣੀ ਦੇ ਮੁਤਾਬਕ ਵਿਚਾਰ ਬਣਦੀ ਹੈ, ਉਹ ਆਪ ਸਭ ਦੇ ਨਾਲ ਮੈਂ ਸਾਂਝੀ ਕਰਨੀ ਹੈ। ਰਾਹੁਲ ਆਰਿਆ ਨੇ ਸਾਨੂੰ ਸਾਰਿਆਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਆਪਾਂ ਗੁਰਬਾਣੀ ਦੇ ਵਿੱਚੋਂ ਸੱਚ ਸਮਝਣ ਦਾ ਯਤਨ ਕਰਾਂਗੇ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਪਹਿਲਾ ਪਾਠ ਜਿਹੜਾ ਹੈ ਉਹ ਮੈਂ ਬਣਾ ਚੁੱਕਿਆ ਹਾਂ। ਜਿਨ੍ਹਾਂ ਵੀਰਾਂ ਭੈਣਾਂ ਨੇ ਉਹ ਪਹਿਲਾ ਪਾਠ ਨਹੀਂ ਵੇਖਿਆ, ਆਈ ਬਟਨ ਦੇ ਉੱਤੇ ਜਾ ਕੇ ਤੁਸੀਂ ਉਹ ਪਹਿਲਾ ਪਾਠ ਵੇਖ ਸਕਦੇ ਹੋ। ਉੱਥੇ ਤੁਹਾਨੂੰ ਪਹਿਲੇ ਪਾਠ ਦਾ ਲਿੰਕ ਜਿਹੜਾ ਹੈ ਉਹ ਮਿਲ ਜਾਏਗਾ, ਅਤੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਉਹ ਲਿੰਕ ਪਾ ਦਿਆਂਗਾ। ਉੱਥੋਂ ਜਾ ਕੇ ਵੀ ਤੁਸੀਂ ਉਹ ਪਹਿਲੀ ਵੀਡੀਓ ਜਿਹੜੀ ਹੈ ਉਹ ਵੇਖ ਸਕਦੇ ਹੋ। ਅੱਜ ਆਪਾਂ ਦੂਜਾ ਪਾਠ ਆਰੰਭ ਕਰਦੇ ਹਾਂ। ਜਿਹੜੇ ਹੋਰ ਸ਼ਬਦ ਉਸਨੇ ਆਪਣੀ ਵੀਡੀਓ ਦੇ ਵਿੱਚ ਲਏ ਸਨ, ਉਹਨਾਂ ਸ਼ਬਦਾਂ ਦੇ ਵਿੱਚੋਂ ਹੀ ਦੋ ਸ਼ਬਦ ਅੱਜ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਪੂਰੇ ਪੂਰੇ ਸ਼ਬਦ ਤਾਂ ਨਹੀਂ ਸੀ ਉਸਨੇ ਲਏ, ਪੰਕਤੀਆਂ ਲਈਆਂ ਸੀ, ਇਸ ਕਰਕੇ ਆਪਾਂ ਉਹਨਾਂ ਪੰਕਤੀਆਂ ਦੀ ਵਿਚਾਰ ਹੀ ਅੱਜ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਪੰਕਤੀ ਜਿਹੜੀ ਉਸਨੇ ਆਪਣੀ ਵੀਡੀਓ ਦੇ ਵਿੱਚ ਬੋਲੀ ਸੀਗੀ ਉਹ ਸੀ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਇਹ ਪੰਕਤੀ ਪੜ੍ਹ ਕੇ ਰਾਹੁਲ ਆਰਿਆ ਇਹ ਗੱਲ ਸਿੱਧ ਕਰਨੀ ਚਾਹ ਰਿਹਾ ਸੀਗਾ ਕਿ ਭਗਤ ਨਾਮਦੇਵ ਜੀ ਅਤੇ ਬਾਬਾ ਨਾਨਕ ਜੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਰਾਮ ਚੰਦਰ ਨੂੰ ਮੰਨਦੇ ਹਾਂ, ਦਸ਼ਰਥ ਪੁੱਤਰ ਰਾਮ ਚੰਦਰ ਨੂੰ ਮੰਨਦੇ ਹਾਂ, ਸਾਡਾ ਰੱਬ ਦਸ਼ਰਥ ਪੁੱਤਰ ਰਾਮ ਚੰਦਰ ਹੈ। ਵੀ ਭਗਤ ਨਾਮਦੇਵ ਜੀ ਅਤੇ ਬਾਬਾ ਨਾਨਕ ਜੀ ਇਹ ਵਿਚਾਰ ਇਸ ਸ਼ਬਦ ਦੇ ਵਿੱਚ ਦੇ ਰਹੇ ਨੇ। ਪਰ ਮੈਂ ਰਾਹੁਲ ਆਰਿਆ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਰਾਹੁਲ ਆਰਿਆ ਤੂੰ ਇਹ ਸ਼ਬਦ ਤਾਂ ਪੜ੍ਹ ਲਿਆ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਇਹ ਭਗਤ ਨਾਮਦੇਵ ਜੀ ਦੇ ਵੱਲੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਹਦੇ ਅਰਥ ਤਾਂ ਮੈਂ ਬਾਅਦ ਵਿੱਚ ਤੇਰੇ ਨਾਲ ਸਾਂਝੇ ਕਰਦਾ ਕਿ ਇਹਦੇ ਸਹੀ ਅਰਥ ਕੀ ਬਣਦੇ ਨੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਸਾਰਿਆਂ ਦੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ। ਅਤੇ ਇੱਕ ਸ਼ਬਦ ਹੋਰ ਹੈ ਭਗਤ ਨਾਮਦੇਵ ਜੀ ਦਾ ਜਿੱਥੇ ਉਹ ਪਤਾ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਪਾਂਡੇ ਤੁਮਰਾ ਰਾਮ ਚੰਦ। ਰਾਹੁਲ ਆਰਿਆ ਜੇ ਸੁਣ ਰਹੇ ਹੈ ਤਾਂ ਕੰਨ ਖੋਲ੍ਹ ਕੇ ਸੁਣੀ, ਕੀ ਕਿਹਾ ਗਿਆ, ਪਾਂਡੇ ਤੁਮਰਾ ਰਾਮ ਚੰਦ। ਭਗਤ ਨਾਮਦੇਵ ਜੀ ਨੇ ਹਮਰਾ ਰਾਮ ਚੰਦ ਨਹੀਂ ਕਿਹਾ, ਉੱਥੇ ਕੀ ਕਿਹਾ ਹੈ, ਪਾਂਡੇ ਤੁਮਰਾ ਰਾਮ ਚੰਦ। ਕਿਸੇ ਪਾਂਡੇ ਦੇ ਨਾਲ, ਕਿਸੇ ਪੰਡਿਤ ਦੇ ਨਾਲ ਵਿਚਾਰ ਚੱਲ ਰਹੀ ਹੈ ਭਗਤ ਨਾਮਦੇਵ ਜੀ ਦੀ, ਅਤੇ ਜਦੋਂ ਵਿਚਾਰ ਕਰ ਰਹੇ ਨੇ ਨਾ ਤਾਂ ਸੰਬੋਧਨ ਪਾਂਡੇ ਨੂੰ ਹੋ ਰਹੇ ਨੇ, ਪੰਡਿਤ ਨੂੰ ਹੋ ਰਹੇ ਨੇ, ਅਤੇ ਉਸ ਨੂੰ ਕਹਿ ਰਹੇ ਨੇ ਤੇਰਾ ਰਾਮ ਚੰਦ। ਇਹ ਨਹੀਂ ਕਿਹਾ ਮੇਰਾ ਰਾਮ ਚੰਦ, ਤੁਮਰਾ ਲਫਜ਼ ਵਰਤਿਆ, ਹਮਰਾ ਲਫਜ਼ ਨਹੀਂ ਵਰਤਿਆ। ਪਾਂਡੇ ਤੁਮਰਾ ਰਾਮ ਚੰਦ ਸੋ ਭੀ ਆਵਤ ਦੇਖਿਆ ਥਾ। ਕਹਿੰਦੇ ਮੈਂ ਤੇਰੇ ਰਾਮ ਚੰਦਰ ਨੂੰ ਵੀ ਵੇਖਿਆ, ਭਾਵ ਉਹਦੇ ਬਾਰੇ ਦੇ ਵਿੱਚ ਬਹੁਤ ਕਹਾਣੀਆਂ ਸੁਣੀਆਂ ਨੇ ਮੈਂ। ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ, ਕਿ ਰਾਵਣ ਦੇ ਨਾਲ ਉਸਦੀ ਲੜਾਈ ਹੋਈ ਕਿਉਂਕਿ ਰਾਵਣ ਰਾਮ ਚੰਦ ਦੀ ਪਤਨੀ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ ਸੀਗਾ, ਅਤੇ ਉਸ ਤੋਂ ਬਾਅਦ ਉਹਨਾਂ ਦੀ ਜੰਗ ਹੋਈ। ਹੁਣ ਇਹ ਹਵਾਲਾ ਵੀ ਤਾਂ ਭਗਤ ਨਾਮਦੇਵ ਜੀ ਨੇ ਦਿੱਤਾ ਹੈ ਨਾ, ਉੱਥੇ ਉਹ ਕੀ ਕਹਿ ਰਹੇ ਨੇ, ਪਾਂਡੇ ਤੁਮਰਾ ਰਾਮ ਚੰਦ, ਪਾਂਡੇ ਤੇਰਾ ਰਾਮ ਚੰਦ। ਇਹ ਨਹੀਂ ਕਿਹਾ ਮੇਰਾ ਰਾਮ ਚੰਦ, ਇਹ ਨਹੀਂ ਕਿਹਾ ਹਮਰਾ ਰਾਮ ਚੰਦ। ਸੋ ਇੱਥੋਂ ਤਾਂ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਕਿ ਭਗਤ ਨਾਮਦੇਵ ਜੀ ਰਾਮ ਚੰਦਰ ਜੀ ਨੂੰ ਆਪਣਾ ਰੱਬ ਨਹੀਂ ਮੰਨਦੇ। ਨਾਲੇ ਮੈਂ ਇਸ ਸੰਬੰਧ ਦੇ ਵਿੱਚ ਇੱਕ ਪੂਰੀ ਵੀਡੀਓ ਬਣਾ ਚੁੱਕਿਆ ਹਾਂ ਕਿ 35 ਮਹਾਂਪੁਰਖਾਂ ਦੀ ਬਾਣੀ ਪੋਥੀ ਪਰਮੇਸ਼ਰ ਕਾ ਥਾਨ ਦੇ ਵਿੱਚ ਦਰਜ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਵੀ ਆਪਾਂ ਕਹਿੰਦੇ ਹਾਂ।
35 ਮਹਾਂਪੁਰਖਾਂ ਦੀ ਜਿਹੜੀ ਬਾਣੀ ਹੈ ਉਹ 35 ਦੇ 35 ਇੱਕ ਓਅੰਕਾਰ ਨੂੰ ਆਪਣਾ ਰੱਬ ਮੰਨਦੇ ਨੇ, ਯੂਨੀਵਰਸਲ ਐਨਰਜੀ ਨੂੰ ਆਪਣਾ ਰੱਬ ਮੰਨਦੇ ਨੇ, ਉਹ ਯੂਨੀਵਰਸਲ ਐਨਰਜੀ ਜੋ ਕਣ ਕਣ ਦੇ ਵਿੱਚ ਸਮਾਈ ਹੋਈ ਹੈ, ਜੋ ਸਾਡੇ ਸਾਰਿਆਂ ਦੇ ਵਿੱਚ ਹੈ, ਕਿਸੇ ਦੇਵਤੇ ਨੂੰ ਜਾਂ ਕਿਸੇ ਰਾਜਾ ਰਾਮ ਨੂੰ ਉਹ ਆਪਣਾ ਰੱਬ ਨਹੀਂ ਮੰਨਦੇ। ਜਿਨ੍ਹਾਂ ਨੇ ਮੇਰੀ ਉਹ ਰਾਮਚੰਦ ਵਾਲੀ ਵੀਡੀਓ ਨਹੀਂ ਵੇਖੀ, ਉੱਪਰ ਆਈ ਬਟਨ ਦੇ ਵਿੱਚ ਜਾ ਕੇ ਤੁਸੀਂ ਉਹ ਵੀਡੀਓ ਵੇਖ ਲਿਓ, ਉੱਪਰ ਫਲੈਸ਼ ਵੀ ਹੋ ਰਿਹਾ ਹੋਵੇਗਾ, ਉਸ ਵੀਡੀਓ ਦਾ ਟਾਈਟਲ ਤੁਸੀਂ ਕਲਿੱਕ ਕਰੋਗੇ ਉਹ ਵੀਡੀਓ ਖੁੱਲ੍ਹ ਜਾਏਗੀ। ਉਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਕਿ ਰਾਮਚੰਦ ਦੇ ਬਾਰੇ ਦੇ ਵਿੱਚ ਮੈਂ ਕੀ ਦੱਸਿਆ ਸੀਗਾ, ਜੋ ਗੁਰਬਾਣੀ ਦਾ ਸੱਚ ਹੈ ਉਹ ਬਿਆਨ ਕੀਤਾ ਸੀਗਾ। ਪਰ ਰਾਹੁਲ ਆਰਿਆ ਇੰਨਾ ਬੇਈਮਾਨ ਹੈ ਕਿ ਇਹ ਸੱਚ ਸਮਝਣ ਵਾਸਤੇ ਤਿਆਰ ਨਹੀਂ ਹੈ, ਇਹ ਸੱਚ ਸਮਝਣਾ ਵੀ ਨਹੀਂ ਚਾਹੁੰਦਾ। ਅਸਲ ਦੇ ਵਿੱਚ ਗੱਲ ਇਹ ਹੈ, ਕਿਉਂਕਿ ਇਹਦਾ ਕੰਮ ਧੰਦਾ ਹੀ ਇਹ ਹੈ ਕਿ ਹਰ ਇੱਕ ਦੇ ਬਾਰੇ ਦੇ ਵਿੱਚ ਮੈਂ ਗੱਲ ਕਰਾਂ, ਗੁਰਬਾਣੀ ਦੇ ਗਲਤ ਅਰਥ ਕਰਾਂ, ਇਸਲਾਮ ਵਾਲੇ ਵੀਰਾਂ ਦੇ ਬਾਰੇ ਬੋਲਾਂ, ਕ੍ਰਿਸਚਨ ਵੀਰਾਂ ਦੇ ਬਾਰੇ ਬੋਲਾਂ, ਅਤੇ ਬੋਲ ਬੋਲ ਕੇ ਲੋਕਾਂ ਦੀ ਭੰਡੀ ਕਰ ਕਰਕੇ ਮੈਂ ਵੱਧ ਤੋਂ ਵੱਧ ਧੰਨ ਕਮਾ ਲਵਾਂ ਯੂਟਿਊਬ ਤੋਂ। ਨਾਲੇ ਇਹ ਆਪਣੇ ਆਪ ਨੂੰ ਇਸ ਤਰ੍ਹਾਂ ਬਣਦਾ ਹੈ ਕਿ ਜਿਵੇਂ ਸਾਰਿਆਂ ਦਾ ਬੜਾ ਵੱਡਾ ਹਮਦਰਦ ਹੈ, ਇਹ ਸਾਰਿਆਂ ਦਾ ਬੜਾ ਵੱਡਾ ਹਮਦਰਦ ਬਣ ਕੇ ਸਾਹਮਣੇ ਆਉਂਦਾ ਹੈ ਜਦੋਂ ਵੀਡੀਓ ਬਣਾਉਂਦਾ ਹੈ, ਅਤੇ ਇੰਝ ਲੱਗਦਾ ਕਿ ਇਹਦੇ ਵਰਗਾ ਚੰਗਾ ਬੰਦਾ ਦੁਨੀਆ ਦੇ ਉੱਤੇ ਕੋਈ ਹੋਣਾ ਹੀ ਨਹੀਂ। ਪਰ ਅਸਲ ਦੇ ਵਿੱਚ ਇਹ ਬੇਈਮਾਨ ਬੰਦਾ ਹੈ। ਇਹੋ ਜਿਹੇ ਬੰਦਿਆਂ ਦੇ ਬਾਰੇ ਵਿੱਚ ਗੁਰਬਾਣੀ ਕਹਿੰਦੀ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਕਿ ਮਨ ਵਿੱਚ ਕੁਝ ਹੋਰ ਹੈ, ਮਨ ਵਿੱਚ ਬੇਈਮਾਨੀ ਛੁਪੀ ਹੋਈ ਹੈ, ਅਤੇ ਮੁੱਖ ਤੋਂ ਬੜਾ ਮਿੱਠਾ ਬਣ ਬਣ ਕੇ ਦੱਸਦਾ ਹੈ, ਮੁੱਖ ਤੋਂ ਸਾਰਿਆਂ ਦਾ ਬਣ ਕੇ ਦੱਸਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ, ਅਤੇ ਮੈਂ ਕੇਵਲ ਗਲਤ ਬੰਦਿਆਂ ਦੇ ਵਿਰੋਧ ਦੇ ਵਿੱਚ ਹਾਂ, ਪਰ ਅੰਦਰੋਂ ਦੀ ਇਹ ਸਿਰੇ ਦਾ ਬੇਈਮਾਨ ਹੈ। ਹਾਂ, ਜਿਹੜੇ ਬੰਦੇ ਰਾਹੁਲ ਆਰਿਆ ਨੂੰ ਗਾਲਾਂ ਕੱਢਦੇ ਨੇ, ਕੁਬੋਲ ਬੋਲਦੇ ਨੇ, ਮਾੜੇ ਸ਼ਬਦ ਵਰਤਦੇ ਨੇ, ਮਾਰਨ ਦੀਆਂ ਧਮਕੀਆਂ ਦਿੰਦੇ ਨੇ, ਉਹਨਾਂ ਬੰਦਿਆਂ ਦੇ ਨਾਲ ਤਾਂ ਮੈਂ ਵੀ ਸਹਿਮਤ ਨਹੀਂ ਹੈਗਾ। ਮੈਂ ਕਹਾਂਗਾ ਕਿ ਉਹ ਸਾਰੇ ਦੇ ਸਾਰੇ ਬੰਦੇ ਗਲਤ ਨੇ ਜਿਹੜੇ ਰਾਹੁਲ ਆਰਿਆ ਨੂੰ ਗਾਲਾਂ ਕੱਢ ਰਹੇ ਨੇ, ਜਿਹੜੇ ਕੁਬੋਲ ਬੋਲਦੇ ਪਏ ਨੇ। ਪਰ ਰਾਹੁਲ ਆਰਿਆ, ਤੂੰ ਵੀ ਤਾਂ ਸਿਰੇ ਦਾ ਬੇਈਮਾਨ ਹੈ ਨਾ, ਤੂੰ ਕਿਹੜਾ ਗੁਰਬਾਣੀ ਦੇ ਸਹੀ ਅਰਥ ਕਰਦਾ ਪਿਆ, ਤੂੰ ਕਿਹੜਾ ਲੋਕਾਂ ਨੂੰ ਗੁਰਬਾਣੀ ਦੇ ਬਾਰੇ ਵਿੱਚ ਸਹੀ ਨੌਲੇਜ ਦੇ ਰਿਹਾ। ਸੋ ਇਹ ਵੀਡੀਓ ਵੈਸੇ ਮੈਂ ਤੇਰੇ ਵਾਸਤੇ ਤਾਂ ਚਲੋ ਬਣਾ ਨਹੀਂ ਰਿਹਾ, ਪਰ ਸੰਬੋਧਨ ਕਿਤੇ ਨਾ ਕਿਤੇ ਤੈਨੂੰ ਕਰਨਾ ਪੈ ਜਾਂਦਾ ਹੈ। ਇਹ ਤਾਂ ਮੈਂ ਆਮ ਲੋਕਾਂ ਵਾਸਤੇ ਵੀਡੀਓ ਬਣਾ ਰਿਹਾ ਤਾਂ ਕਿ ਜਿਨ੍ਹਾਂ ਨੂੰ ਤੂੰ ਮਿਸਗਾਈਡ ਕਰਦਾ ਪਿਆ ਨਾ, ਉਹਨਾਂ ਤੱਕ ਇਹ ਸੱਚਾਈ ਪਹੁੰਚ ਜਾਵੇ ਕਿ ਗੁਰਬਾਣੀ ਅਸਲ ਦੇ ਵਿੱਚ ਕੀ ਕਹਿ ਰਹੀ ਹੈ, ਗੁਰਬਾਣੀ ਸਾਨੂੰ ਕੀ ਦੱਸਣਾ ਚਾਹ ਰਹੀ ਹੈ, ਗੁਰਬਾਣੀ ਕਿਹਦੇ ਨਾਲ ਸਾਨੂੰ ਜੋੜਨਾ ਚਾਹ ਰਹੀ ਹੈ। ਹੁਣ ਮੈਂ ਤੁਹਾਡੇ ਸਾਹਮਣੇ ਵੀਰੋ ਅਤੇ ਭੈਣੋ ਪ੍ਰਮਾਣ ਰੱਖ ਦਿੱਤਾ ਕਿ ਭਗਤ ਨਾਮਦੇਵ ਜੀ ਕਹਿੰਦੇ ਨੇ ਪਾਂਡੇ ਤੁਮਰਾ ਰਾਮਚੰਦ, ਹਮਰਾ ਰਾਮਚੰਦ ਨਹੀਂ ਕਹਿੰਦੇ। ਮਤਲਬ ਉਹ ਰਾਮਚੰਦ ਰਾਹੁਲ ਆਰਿਆ ਦਾ ਹੋ ਸਕਦਾ, ਕਿਸੇ ਪੰਡਿਤ ਦਾ ਹੋ ਸਕਦਾ, ਉਹ ਕਿਸੇ ਹਿੰਦੂ ਵੀਰ ਦਾ ਹੋ ਸਕਦਾ, ਕਿਸੇ ਸਨਾਤਨ ਮਤ ਵਾਲੇ ਦਾ ਹੋ ਸਕਦਾ, ਕਿਸੇ ਆਰਿਆ ਦਾ ਹੋ ਸਕਦਾ, ਪਰ ਭਗਤ ਨਾਮਦੇਵ ਜੀ ਕਹਿੰਦੇ ਉਹ ਮੇਰਾ ਰਾਮਚੰਦ ਨਹੀਂ ਹੈ। ਫਿਰ ਤੁਸੀਂ ਕਹੋਗੇ ਵੀ ਜਿਹੜਾ ਸ਼ਬਦ ਰਾਹੁਲ ਆਰਿਆ ਨੇ ਪੜ੍ਹਿਆ ਹੈ ਉੱਥੇ ਆ ਰਿਹਾ ਜਸਰਥ ਰਾਏਨੰਦ ਰਾਜਾ ਮੇਰਾ ਰਾਮਚੰਦ, ਇੱਥੇ ਤਾਂ ਮੇਰਾ ਲਫ਼ਜ਼ ਆ ਰਿਹਾ, ਤੁਸੀਂ ਕਹਿ ਸਕਦੇ ਹੋ ਰਾਹੁਲ ਆਰਿਆ ਵੀ ਇਹੀ ਗੱਲ ਕਹਿ ਰਿਹਾ ਸੀਗਾ। ਪਰ ਗੁਰਬਾਣੀ ਨੂੰ ਸਾਨੂੰ ਬੜੇ ਹੀ ਧਿਆਨ ਦੇ ਨਾਲ ਵਿਚਾਰਨਾ ਪਏਗਾ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਦੇਣਾ ਚਾਹ ਰਹੀ ਹੈ, ਤੁਸੀਂ ਗੌਰ ਕਰਿਓ। ਸੋ ਗੁਰਮਤ ਦੇ ਵਿੱਚ ਕਿਸੇ ਵੀ ਦੇਵੀ ਦੇਵਤੇ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਨਤਾ ਨਹੀਂ ਦਿੱਤੀ ਗਈ। ਗੁਰਬਾਣੀ ਤਾਂ ਇਹ ਕਹਿੰਦੀ ਹੈ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ, ਵੀ ਆਪੋ ਆਪਣੇ ਸਮੇਂ ਦੇ ਇਹ ਰਾਜੇ ਸੀਗੇ ਰਾਮਚੰਦਰ ਜੀ ਵਰਗੇ, ਅਤੇ ਲੋਕਾਂ ਨੇ ਇਹਨਾਂ ਨੂੰ ਅਵਤਾਰ ਕਹਿਣਾ ਸ਼ੁਰੂ ਕਰ ਦਿੱਤਾ, ਅਤੇ ਉਹ ਅਵਤਾਰ ਕਹਿ ਕੇ ਇਹ ਪਾਪੂਲਰ ਹੋ ਗਏ ਨੇ। ਮੈਂ ਬੇਨਤੀ ਕਰਾਂਗਾ ਕਿ ਜਿਹੜੀ ਇਹ ਵੀਡੀਓ ਤੁਸੀਂ ਵੇਖ ਰਹੇ ਹੋ ਨਾ, ਇਸ ਨੂੰ ਵੇਖਣ ਤੋਂ ਪਹਿਲਾਂ ਤੁਸੀਂ ਮੇਰੀਆਂ ਪਹਿਲੇ ਵਾਲੀਆਂ ਵੀਡੀਓਜ਼ ਜ਼ਰੂਰ ਵੇਖ ਲਿਓ ਤਾਂ ਕਿ ਤੁਹਾਨੂੰ ਗੱਲ ਕਲੀਅਰ ਹੋ ਜਾਵੇ। ਜੇ ਤੁਸੀਂ ਕੇਵਲ ਇਹ ਵੀਡੀਓ ਵੇਖੋਗੇ ਤਾਂ ਹੋ ਸਕਦਾ ਤੁਹਾਨੂੰ ਪੂਰੀ ਗੱਲ ਕਲੀਅਰ ਨਾ ਹੋਵੇ। ਜੇ ਪੂਰੀ ਗੱਲ ਨੂੰ ਸਮਝਣਾ ਚਾਹੁੰਦੇ ਹੋ ਤਾਂ ਪਹਿਲੀਆਂ ਵੀਡੀਓਜ਼ ਜ਼ਰੂਰ ਵੇਖ ਲਿਓ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਸਾਰੀਆਂ ਵੀਡੀਓਜ਼ ਦਾ ਲਿੰਕ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਉਹ ਸਾਰੀਆਂ ਵੀਡੀਓਜ਼ ਵੇਖ ਲਿਓ, ਫਿਰ ਤੁਹਾਨੂੰ ਇਹ ਵੀਡੀਓ ਸਮਝ ਆ ਜਾਏਗੀ ਕਿ ਮੈਂ ਕਹਿਣਾ ਕੀ ਚਾਹ ਰਿਹਾ ਹਾਂ। ਸੋ ਆਪਾਂ ਅਰਥਾਂ ਵਾਲੇ ਪਾਸੇ ਨੂੰ ਆਈਏ। ਜਸਰਥ ਰਾਏਨੰਦ ਰਾਜਾ ਮੇਰਾ ਰਾਮਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਪ੍ਰਣਵੈ ਦਾ ਮਤਲਬ ਹੁੰਦਾ ਬੇਨਤੀ ਕਰਨਾ। ਨਾਮਦੇਵ ਜੀ ਬੇਨਤੀ ਕਰ ਰਹੇ ਨੇ, ਪ੍ਰਣਵੈ ਨਾਮਾ
ਤਤ ਰਸ ਅੰਮ੍ਰਿਤ ਪੀਜੈ। ਤਤ ਦਾ ਮਤਲਬ ਹੁੰਦਾ ਹੈ ਸ਼੍ਰੇਸ਼ਟ, ਸਭ ਤੋਂ ਉੱਤਮ। ਤਤ ਰਸ ਸਭ ਤੋਂ ਉੱਤਮ ਰਸ, ਅੰਮ੍ਰਿਤ ਪੀਜੈ। ਅੰਮ੍ਰਿਤ, ਅੰਮ੍ਰਿਤ ਕੀ ਹੈ? ਅੰਮ੍ਰਿਤ ਭਾਵ ਮੌਤ ਤੋਂ ਰਹਿਤ ਕਰਨ ਵਾਲੀ ਚੀਜ਼, ਆਤਮਕ ਮੌਤ ਤੋਂ ਰਹਿਤ ਕਰਨ ਵਾਲੀ ਚੀਜ਼, ਆਤਮਕ ਮੌਤ ਤੋਂ ਬਚਾਉਣ ਵਾਲੀ ਚੀਜ਼, ਉਹ ਕੀ ਹੈ? ਉਹ ਨੇ ਗੁਣ। ਗੁਣਾ ਰੂਪੀ ਅੰਮ੍ਰਿਤ ਦੀ ਗੱਲ ਹੋ ਰਹੀ ਹੈ। ਉਹ ਹੈ ਸੱਚੀ ਬਾਣੀ, ਜਿਹਦੇ ਬਾਰੇ 'ਚ ਕਹਿੰਦੇ ਨੇ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਉਹ ਅੰਮ੍ਰਿਤ ਕੀ ਹੈ? ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਇੱਥੇ ਨਾਮ ਨੂੰ, ਗੁਣਾਂ ਨੂੰ, ਬਾਣੀ ਨੂੰ ਅੰਮ੍ਰਿਤ ਕਿਹਾ ਗਿਆ ਹੈ। ਜਦੋਂ ਕਹਿ ਰਹੇ ਨਾ ਤਤ ਰਸ ਅੰਮ੍ਰਿਤ ਪੀਜੈ, ਉੱਥੇ ਗੱਲ ਕੀ ਹੈ ਵੀ ਸੁਰਤ ਕਰਕੇ ਨਾ ਤੂੰ ਗੁਣਾ ਰੂਪੀ ਅੰਮ੍ਰਿਤ ਨੂੰ ਪੀ, ਭਾਵ ਸੁਰਤ ਕਰਕੇ ਆਪਣੇ ਬ੍ਰੇਨ ਕਰਕੇ ਤੂੰ ਸੰਤੋਖ ਦੀ ਵਰਤੋਂ ਕਰ। ਇਹ ਗੁਣ ਨੇ ਨਾ, ਸੰਤੋਖ, ਦਇਆ, ਧੀਰਜ, ਤੂੰ ਸੰਤੋਖ ਦੀ ਵਰਤੋਂ ਕਰ, ਤੂੰ ਧੀਰਜ ਦੀ ਵਰਤੋਂ ਕਰ, ਤੂੰ ਇਮਾਨਦਾਰੀ ਦੀ ਵਰਤੋਂ ਕਰ, ਤੂੰ ਸੱਚ ਦੀ ਵਰਤੋਂ ਕਰ। ਹੁਣ ਇਹ ਵਾਲਾ ਅੰਮ੍ਰਿਤ ਭਗਤ ਨਾਮਦੇਵ ਜੀ ਕਹਿ ਰਹੇ ਨੇ ਪੀਣਾ ਚਾਹੀਦਾ, ਸਾਰਿਆਂ ਨੂੰ ਹੀ ਪੀਣਾ ਚਾਹੀਦਾ। ਇਹ ਬੇਨਤੀ ਕਰ ਰਹੇ ਨੇ ਉਹ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਠੀਕ ਹੈ ਜੀ, ਹੁਣ ਜਿਹੜਾ ਇਹ ਤਤ ਰਸ ਅੰਮ੍ਰਿਤ ਪੀਜੈ ਇਹ ਕਹਿ ਰਹੇ ਨੇ ਨਾ, ਹੁਣ ਉੱਪਰ ਵਾਲੀ ਲਾਈਨ ਪੜ੍ਹੋ। ਕਹਿੰਦੇ ਜਸਰਥ ਰਾਏਨੰਦ ਰਾਜਾ ਮੇਰਾ ਰਾਮ ਚੰਦ। ਹੁਣ ਇੱਥੇ ਕੀ ਕਹਿ ਰਹੇ ਨੇ? ਕਹਿੰਦੇ ਦਸਰਥ ਰਾਜੇ ਦਾ ਪੁੱਤਰ ਕੌਣ? ਰਾਮ ਚੰਦਰ ਜੀ। ਹੁਣ ਦੁਨੀਆਂ ਦੇ ਲੋਕ ਕੀ ਕਰਦੇ ਨੇ ਕਿ ਉਹ ਰਾਮ ਚੰਦਰ ਜੀ ਦੇ ਨਾਲ ਜੁੜੇ ਹੋਏ ਨੇ, ਰਾਮ ਚੰਦਰ ਨੂੰ ਧਿਆਉਂਦੇ ਨੇ, ਰਾਮ ਚੰਦਰ ਦੀ ਪੂਜਾ ਕਰਦੇ ਨੇ। ਪਰ ਭਗਤ ਜੀ ਕਹਿੰਦੇ ਮੈਂ ਤਾਂ ਮੰਨਦਾ ਨਹੀਂ ਰਾਮ ਚੰਦਰ ਜੀ ਨੂੰ, ਮੈਂ ਤਾਂ ਮੰਨਦਾ ਨਹੀਂ, ਕਿਉਂਕਿ ਮੈਂ ਤਾਂ ਇਹ ਕਹਿੰਦਾ ਪਾਂਡੇ ਤੁਮਰਾ ਰਾਮ ਚੰਦ, ਵੀ ਇਹ ਤਾਂ ਪੰਡਿਤ ਦਾ ਰਾਮ ਚੰਦ ਹੋ ਸਕਦਾ, ਮੇਰਾ ਨਹੀਂ ਹੈ। ਮੇਰਾ ਭਰੋਸਾ ਕੇਵਲ ਅਤੇ ਕੇਵਲ ਇੱਕ ਰਮੇ ਹੋਏ ਅਕਾਲ ਪੁਰਖ ਦੇ ਉੱਤੇ ਹੈ, ਉਸ ਯੂਨੀਵਰਸਲ ਐਨਰਜੀ ਦੇ ਉੱਤੇ ਹੈ। ਮੈਂ ਤਾਂ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ, ਮੈਂ ਤਾਂ ਸੱਚੇ ਗਿਆਨ ਦੇ ਨਾਲ ਜੁੜਿਆ ਹੋਇਆਂ, ਮੈਂ ਤਾਂ ਰੱਬੀ ਗੁਣਾਂ ਦੇ ਨਾਲ ਜੁੜਿਆ ਹੋਇਆ ਵਾਂ। ਪਰ ਦੁਨੀਆਂ ਦੇ ਲੋਕ ਰਾਜਾ ਰਾਮ ਚੰਦ ਨੂੰ ਰੱਬ ਮੰਨਦੇ ਨੇ, ਉਹਨੂੰ ਧਿਆਉਂਦੇ ਨੇ। ਕਹਿੰਦੇ ਮੈਂ ਕੀ ਕਰਦਾ, ਮੈਂ ਰਾਜਾ ਰਾਮ ਚੰਦ ਵਾਲੇ ਪਾਸੇ ਨਹੀਂ ਜਾਂਦਾ। ਅਤੇ ਜੇ ਮੈਨੂੰ ਕੋਈ ਕਵੇ ਨਾ ਕਿ ਤੂੰ ਰਾਜਾ ਰਾਮ ਚੰਦ ਨੂੰ ਨਹੀਂ ਧਿਆਉਂਦਾ ਭਗਤ ਨਾਮਦੇਵ, ਤਾਂ ਕਹਿੰਦੇ ਮੈਂ ਪਤਾ ਕੀ ਜਵਾਬ ਦਿੰਦਾ, ਮੈਂ ਜਵਾਬ ਇਹ ਦਿੰਦਾ ਕਿ ਜਿਹੜਾ ਤਤ ਰਸ ਹੈ ਨਾ, ਜਿਹੜਾ ਅੰਮ੍ਰਿਤ ਹੈ, ਜਿਹੜੇ ਇਹ ਗੁਣ ਨੇ, ਮੈਂ ਇਹਨਾਂ ਗੁਣਾਂ ਨੂੰ ਹੀ ਆਪਣਾ ਰਾਜਾ ਰਾਮ ਚੰਦ ਬਣਾ ਲਿਆ ਹੈ। ਮੈਂ ਇਹਨਾਂ ਗੁਣਾਂ ਨੂੰ ਹੀ ਆਪਣਾ ਰਾਜਾ ਰਾਮ ਚੰਦ ਬਣਾ ਲਿਆ ਹੈ। ਮੇਰੇ ਵਾਸਤੇ ਸੰਤੋਖ ਹੀ ਮੇਰਾ ਰਾਮ ਚੰਦਰ ਹੈ, ਮੇਰੇ ਵਾਸਤੇ ਧੀਰਜ ਹੀ ਮੇਰਾ ਰਾਮ ਚੰਦਰ ਹੈ, ਮੇਰੇ ਵਾਸਤੇ ਇਮਾਨਦਾਰੀ ਹੀ ਮੇਰਾ ਰਾਮ ਚੰਦਰ ਹੈ, ਮੇਰੇ ਵਾਸਤੇ ਦਇਆ ਹੀ ਮੇਰਾ ਰਾਮ ਚੰਦਰ ਹੈ, ਮੇਰੇ ਵਾਸਤੇ ਸੱਚ ਦੀ ਵਿਚਾਰ ਹੀ ਮੇਰਾ ਰਾਮ ਚੰਦਰ ਹੈ। ਕਹਿੰਦੇ ਮੈਨੂੰ ਕਿਸੇ ਵੀ ਦੂਜੇ ਸਰੀਰਧਾਰੀ ਰਾਮ ਚੰਦਰ ਦੇ ਨਾਲ ਜੁੜਨ ਦੀ ਲੋੜ ਨਹੀਂ ਹੈ, ਮੈਂ ਤਾਂ ਇਹਨਾਂ ਗੁਣਾਂ ਨੂੰ ਹੀ ਆਪਣਾ ਰਾਮ ਚੰਦ ਮੰਨਦਾ ਹਾਂ, ਮੇਰੇ ਵਾਸਤੇ ਗੁਣ ਹੀ ਸਭ ਕੁਝ ਨੇ। ਕਹਿਣ ਦਾ ਅਰਥ ਕੀ ਹੈ ਕਿ ਮੇਰੇ ਵਾਸਤੇ ਇਹ ਅੰਮ੍ਰਿਤ, ਇਹ ਨਾਮ, ਇਹ ਗੁਣ, ਇਹ ਬਾਣੀ, ਇਹ ਸੱਚਾ ਗਿਆਨ ਹੀ ਸਭ ਕੁਝ ਹੈ, ਮੈਨੂੰ ਰਾਮ ਚੰਦਰ ਜੀ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਹੈ। ਕਹਿਣਾ ਤਾਂ ਇਹ ਚਾਹ ਰਹੇ ਨੇ ਜਸਰਥ ਰਾਏਨੰਦ ਰਾਜਾ ਮੇਰਾ ਰਾਮ ਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਵੇਖੋ ਜੇ ਸਾਰੀ ਦੁਨੀਆਂ ਨੂੰ ਉਹ ਬੇਨਤੀ ਕਰ ਰਹੇ ਨੇ ਕਿ ਤਤ ਰਸ ਵਾਲਾ ਅੰਮ੍ਰਿਤ ਪੀਵੋ, ਅਤੇ ਉਹ ਹੈ ਗੁਣ, ਕਿਉਂਕਿ ਅਰਥ ਆਪਾਂ ਗੁਰਬਾਣੀ ਦੇ ਅਕੋਰਡਿੰਗ ਕਰਨੇ ਨੇ, ਰਾਹੁਲ ਆਰਿਆ ਦੀ ਮਤ ਦੇ ਅਕੋਰਡਿੰਗ ਨਹੀਂ ਅਰਥ ਇੱਥੇ ਹੋਣੇ। ਇੱਥੇ ਕੇਵਲ ਗੁਣ ਹੀ ਨੇ ਜਿਹੜੇ ਬੰਦੇ ਨੂੰ ਆਤਮਕ ਮੌਤ ਤੋਂ ਬਚਾ ਸਕਦੇ ਨੇ, ਬੰਦੇ ਨੂੰ ਜ਼ਮੀਰ ਦੀ ਜਦੋਂ ਉਹਦੀ ਮੌਤ ਹੁੰਦੀ ਹੈ ਉਸ ਤੋਂ ਬਚਾ ਸਕਦੇ ਨੇ, ਉਹ ਕੇਵਲ ਅਤੇ ਕੇਵਲ ਚੰਗੇ ਗੁਣ ਨੇ। ਜਿਸ ਮਨੁੱਖ ਨੇ ਆਪਣੇ ਜੀਵਨ 'ਚ ਚੰਗੇ ਗੁਣ ਧਾਰਨ ਕੀਤੇ ਹੁੰਦੇ ਨੇ ਉਹ ਆਤਮਕ ਮੌਤ ਤੋਂ ਬਚ ਜਾਂਦਾ ਹੈ, ਅਤੇ ਜਿਹਨੇ ਚੰਗੇ ਗੁਣ ਧਾਰਨ ਨਹੀਂ ਕੀਤੇ ਹੁੰਦੇ ਉਹ ਵਿਚਾਰਾ ਮਰਦਾ ਫਿਰਦਾ, ਆਤਮਕ ਮੌਤ 'ਤੇ ਮਰਿਆ ਹੁੰਦਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਤੁਹਾਡਾ ਹੋਏਗਾ ਰਾਮ ਚੰਦਰ,
ਮੇਰੇ ਵਾਸਤੇ ਤਾਂ ਰੱਬੀ ਗੁਣ ਨੇ ਜਿਹੜੇ ਉਹੀ ਮੇਰਾ ਰਾਮ ਚੰਦ ਹੈ, ਮੇਰੇ ਵਾਸਤੇ ਤਾਂ ਇਹ ਚੰਗੇ ਗੁਣ ਨੇ ਜਿਹੜੇ ਉਹੀ ਮੇਰਾ ਰਾਮ ਚੰਦ ਹੈ, ਮੈਂ ਤਾਂ ਗੁਣਾਂ ਨੂੰ ਫੋਲੋ ਕਰਦਾ, ਮੈਂ ਕਿਸੇ ਵੀ ਦੇਵਤੇ ਵਾਲੇ ਪਾਸੇ ਨੂੰ ਨਹੀਂ ਜਾਂਦਾ। ਸੋ ਇਹ ਵਿਚਾਰ ਦਿੱਤੀ ਹੈ ਭਗਤ ਨਾਮਦੇਵ ਜੀ ਨੇ। ਪਰ ਰਾਹੁਲ ਆਰਿਆ ਜੀ, ਤੁਸੀਂ ਤਾਂ ਲੋਕਾਂ ਨੂੰ ਮਿਸਗਾਈਡ ਕਰਨ ਲੱਗੇ ਹੋਏ ਹੋ, ਥੋੜ੍ਹੀ ਜਿਹੀ ਅਕਲ ਕਰੋ, ਨਾ ਕਰੋ ਲੋਕਾਂ ਨੂੰ ਮਿਸਗਾਈਡ, ਨਾ ਕਰੋ, ਪਹਿਲਾਂ ਗੁਰਬਾਣੀ ਨੂੰ ਪੂਰਨ ਤੌਰ ਦੇ ਉੱਤੇ ਪੜ੍ਹ ਲਓ। ਜੇ ਚਾਹੁੰਦੇ ਹੋ ਨਾ ਵਾਕਈ ਦੁਨੀਆ ਦੇ ਲੋਕਾਂ ਨੂੰ ਕੁਝ ਚੰਗਾ ਦੱਸਣਾ, ਤਾਂ ਪਹਿਲਾਂ ਗੁਰਬਾਣੀ ਨੂੰ ਚੰਗੇ ਤਰੀਕੇ ਨਾਲ ਪੜ੍ਹ ਲਓ, ਪਹਿਲੇ ਅੰਕ ਤੋਂ ਲੈ ਕੇ ਅਖੀਰਲੇ ਅੰਕ ਤੱਕ ਪੜ੍ਹ ਲਓ, ਅਤੇ ਫਿਰ ਵਿਆਖਿਆ ਕਰਨ ਵਾਲੇ ਪਾਸੇ ਨੂੰ ਤੁਰੋ। ਇੱਦਾਂ ਥੋੜ੍ਹੀ ਨਾ ਵੀ ਇੱਕ ਸ਼ਬਦ ਮਨ ਮਰਜ਼ੀ ਨਾਲ ਕੋਈ ਵੀ ਚੁੱਕ ਲਿਆ ਅਤੇ ਉਹਦੀ ਵਿਆਖਿਆ ਕਰਕੇ ਰੱਖ ਦਿੱਤੀ, ਮਨ ਘੜਤ ਅਰਥ ਕਰਕੇ ਰੱਖ ਦਿੱਤੇ, ਹੁਣ ਦੂਜੇ ਸ਼ਬਦ ਵੇਚਤੇ। ਭਗਤ ਨਾਮਦੇਵ ਜੀ ਆਪ ਹੀ ਨਕਾਰੀ ਜਾ ਰਹੇ ਨੇ, ਉਹ ਕਹਿ ਰਹੇ ਤੁਮਰਾ ਰਾਮਚੰਦ, ਉਹ ਤਾਂ ਕਹਿੰਦੇ ਨਹੀਂ ਕਿ ਹਮਰਾ ਰਾਮਚੰਦ। ਫਿਰ ਦੱਸੋ, ਹੁਣ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਭਗਤ ਨਾਮਦੇਵ ਜੀ ਦੋ ਸਟੇਟਮੈਂਟ ਦੇ ਰਹੇ ਨੇ ਵੀ ਇੱਕ ਸ਼ਬਦ ਵਿੱਚ ਅਤੇ ਉਹ ਕਹਿੰਦੇ ਨੇ ਵੀ ਤੁਮਰਾ, ਇੱਕ ਸ਼ਬਦ ਵਿੱਚ ਕਹਿੰਦੇ ਮੇਰਾ, ਇੱਦਾਂ ਤਾਂ ਨਹੀਂ ਨਾ। ਸੋਚ ਭਗਤ ਨਾਮਦੇਵ ਜੀ ਦੀ ਇੱਕੋ ਹੀ ਹੈ, ਪਰ ਉਹਨਾਂ ਦੀ ਗੱਲ ਨੂੰ ਸਮਝਣਾ ਪਏਗਾ, ਉਹਨਾਂ ਦੀ ਵਿਚਾਰ ਨੂੰ ਸਮਝਣਾ ਪਏਗਾ। ਜੇ ਸਮਝ ਲਓਗੇ ਤਾਂ ਚੰਗੇ ਰਹੋਗੇ, ਜੇ ਨਹੀਂ ਸਮਝੋਗੇ ਤਾਂ ਬੇਈਮਾਨੀਆਂ ਕਰੀ ਜਾਓਗੇ। ਇੱਕ ਸ਼ਬਦ ਹੋਰ ਲਿਆ ਸੀਗਾ ਰਾਹੁਲ ਆਰਿਆ ਨੇ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਇਸ ਸ਼ਬਦ ਨੂੰ ਵੀ ਵਿਚਾਰਨ ਲੱਗਿਆਂ ਰਾਹੁਲ ਆਰਿਆ ਨੇ ਸਿਰੇ ਦੀ ਬੇਈਮਾਨੀ ਕੀਤੀ। ਉਹ ਜਦੋਂ ਦੀਨ ਦੇ ਅਰਥ ਕਰ ਰਿਹਾ, ਦੀਨ ਦਾ ਅਰਥ ਵੈਸੇ ਧਰਮ ਹੈ, ਹੁਣ ਇੱਥੋਂ ਤੱਕ ਦੇ ਅਰਥ ਠੀਕ ਨੇ ਵੀ ਦੀਨ ਦਾ ਅਰਥ ਧਰਮ ਹੈ, ਪਰ ਜਦੋਂ ਉਹ ਦੀਨ ਧਰਮ ਦੀ ਗੱਲ ਕਰਦਾ ਤਾਂ ਉੱਥੇ ਪਤਾ ਕੀ ਕਹਿ ਰਿਹਾ, ਉੱਥੇ ਸਨਾਤਨ ਧਰਮ ਉਹਦੇ ਅਰਥ ਕਰੀ ਜਾ ਰਿਹਾ। ਦੀਨ ਦੇ ਅਰਥ ਕੀ ਕਰ ਰਿਹਾ, ਸਨਾਤਨ ਧਰਮ, ਅਤੇ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਦੀਨ ਭੁਲਾ ਦਿੱਤਾ, ਸਨਾਤਨ ਧਰਮ ਭੁਲਾ ਦਿੱਤਾ। ਉਹ ਮੈਨੂੰ ਦੱਸ ਭਰਾਵਾ, ਇੱਥੇ ਕਿੱਥੇ ਲਿਖਿਆ ਵੀ ਇਹ ਦੀਨ ਦਾ ਅਰਥ ਸਨਾਤਨ ਧਰਮ ਹੈ? ਪੂਰੀ ਗੁਰਬਾਣੀ ਦੇ ਵਿੱਚ ਕਿਤੇ ਇਹ ਗੱਲ ਕਹੀ ਗਈ ਹੈ ਕਿ ਸਨਾਤਨ ਧਰਮ ਦੇ ਨਾਲ ਜੁੜਨਾ ਹੈ, ਸਨਾਤਨ ਮਤ ਨਾਲ ਜੁੜਨਾ ਹੈ? ਕਿਤੇ ਇਹ ਗੱਲ ਕਹੀ ਗਈ ਹੈ ਸਨਾਤਨ ਮਜ਼ਹਬ ਦੇ ਨਾਲ ਜੁੜਨਾ ਹੈ? ਤੈਨੂੰ ਮੁਬਾਰਕ ਤੇਰਾ ਸਨਾਤਨ ਮਤ। ਮੈਂ ਫਿਰ ਕਹਿਣਾ ਚਾਹਾਂਗਾ ਰਾਹੁਲ ਆਰਿਆ, ਤੈਨੂੰ ਮੁਬਾਰਕ ਤੇਰਾ ਸਨਾਤਨ ਮਤ, ਤੂੰ ਸਨਾਤਨ ਮਤ ਧਾਰਨ ਕਰਨਾ ਚਾਹੁੰਦਾ ਹੈ, ਧਾਰਨ ਕਰਕੇ ਰੱਖ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਤੈਨੂੰ ਮੁਬਾਰਕ ਹੋਵੇ। ਪਰ ਗੁਰਬਾਣੀ ਤੇਰੇ ਸਨਾਤਨ ਮਤ ਨੂੰ ਨਹੀਂ ਮੰਨਦੀ, ਗੁਰਬਾਣੀ ਤੇਰੇ ਹਿੰਦੂ ਮਤ ਨੂੰ ਨਹੀਂ ਮੰਨਦੀ। ਮੈਂ ਕਿੰਨੀ ਵਾਰੀ ਇਹ ਪ੍ਰਮਾਣ ਦਿਆਂ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਨ, ਗੁਰਬਾਣੀ ਨਹੀਂ ਮੰਨਦੀ ਇਹਨਾਂ ਮਜ਼ਬਾਂ ਨੂੰ। ਇਹਨਾਂ ਮਜ਼ਬਾਂ ਦੇ ਝਮੇਲਿਆਂ ਦੇ ਵਿੱਚ ਗੁਰਬਾਣੀ ਸਾਨੂੰ ਕਿਸੇ ਨੂੰ ਨਹੀਂ ਪਾਉਂਦੀ। ਇਹ ਮਜ਼ਬ ਜਿਹੜੇ ਨੇ ਬਣਾਏ ਹੋਏ ਨੇ, ਇਹ ਤੁਸੀਂ ਲੋਕਾਂ ਨੇ ਆਪ ਹੀ ਬਣਾਏ ਨੇ। ਗੁਰਬਾਣੀ ਕੇਵਲ ਇੱਕ ਧਰਮ ਦਾ ਜ਼ਿਕਰ ਕਰਦੀ ਹੈ, ਉਹ ਧਰਮ ਪਤਾ ਕਿਹੜਾ ਹੈ? ਉਹ ਧਰਮ ਹੈ ਏਕੋ ਧਰਮ ਦ੍ਰਿੜੈ ਸੱਚ ਕੋਈ, ਉਹ ਹੈ ਸੱਚ ਦਾ ਧਰਮ, ਉਹ ਹੈ ਸੱਚ, ਸੱਚ ਨੂੰ ਜੀਵਨ ਵਿੱਚ ਲੈ ਕੇ ਆਉਣਾ। ਗੁਰਬਾਣੀ ਇਹ ਗੱਲ ਕਹਿੰਦੀ ਹੈ। ਸੁਖਮਨੀ ਦੀ ਬਾਣੀ ਪੜ੍ਹ ਕੇ ਵੇਖੋ, ਸੁਖਮਨੀ ਮਹਿਲਾ ਪੰਜਵਾਂ, ਕੀ ਕਿਹਾ ਗਿਆ ਉੱਥੇ? ਸਰਬ ਧਰਮ ਮੈਂ ਸ਼੍ਰੇਸ਼ਟ ਧਰਮ, ਵੀ ਜਿੰਨੇ ਵੀ ਧਰਮ ਦੁਨੀਆ ਦੇ ਲੋਕਾਂ ਨੇ ਆਪੋ ਆਪਣੀ ਮਤ ਦੇ ਅਨੁਸਾਰ ਬਣਾ ਲਏ, ਇਹਨਾਂ ਸਾਰੇ ਧਰਮਾਂ ਦੇ ਨਾਲੋਂ ਗੁਰਬਾਣੀ ਕਹਿੰਦੀ ਹੈ ਇੱਕ ਸ਼੍ਰੇਸ਼ਟ ਧਰਮ ਹੈ, ਇੱਕ ਸਭ ਤੋਂ ਉੱਤਮ ਧਰਮ ਹੈ। ਅਤੇ ਜਿਹੜੇ ਧਰਮ ਲੋਕਾਂ ਨੇ ਬਣਾਏ ਨਾ ਆਪੋ ਆਪਣੀ ਮਰਜ਼ੀ ਦੇ ਅਨੁਸਾਰ, ਗੁਰਬਾਣੀ ਸਾਨੂੰ ਉਹਦੇ ਨਾਲ ਨਹੀਂ ਜੁੜਦੀ ਪਈ। ਗੁਰਬਾਣੀ ਸਾਨੂੰ ਸ਼੍ਰੇਸ਼ਟ ਧਰਮ ਦੇ ਨਾਲ ਜੁੜਨ ਵਾਸਤੇ ਕਹਿ ਰਹੀ ਹੈ, ਅਤੇ ਉਹ ਸ਼੍ਰੇਸ਼ਟ ਧਰਮ ਰਾਹੁਲ ਆਰਿਆ ਤੇਰਾ ਸਨਾਤਨ ਮਤ ਜਾਂ ਹਿੰਦੂ ਮਤ ਨਹੀਂ ਹੈ। ਕੀ ਕਹਿ ਰਹੀ ਹੈ ਗੁਰਬਾਣੀ? ਪਹਿਲਾਂ ਗੁਰਬਾਣੀ ਨੂੰ ਪੜ੍ਹ ਪੂਰਨ ਤੌਰ ਦੇ ਉੱਤੇ। ਸਰਬ ਧਰਮ ਮੈਂ ਸ਼੍ਰੇਸ਼ਟ ਧਰਮ, ਸਾਰੇ ਧਰਮਾਂ ਦੇ ਨਾਲੋਂ ਜਿਹੜੇ ਧਰਮ ਦੁਨੀਆ ਦੇ ਲੋਕਾਂ ਨੇ ਬਣਾ ਲਏ, ਇਹਨਾਂ ਸਾਰੇ ਧਰਮਾਂ ਦੇ ਨਾਲੋਂ ਇੱਕ ਸ਼੍ਰੇਸ਼ਟ ਧਰਮ ਹੈ, ਇੱਕ ਉੱਤਮ ਧਰਮ ਹੈ, ਇੱਕ ਪਹਿਲੇ ਨੰਬਰ ਦਾ ਧਰਮ ਹੈ, ਉਹ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਦਾ ਨਾਮ ਜਪੋ। ਹੁਣ ਹਰੀ, ਰਾਹੁਲ ਆ ਰਿਹਾ ਤੂੰ ਵਿਸ਼ਨੂੰ ਨਾ ਬਣਾ ਕੇ ਬਹਿ ਜੀ ਇੱਥੇ, ਇੱਥੇ ਹਰੀ ਦਾ ਅਰਥ ਵਿਸ਼ਨੂੰ ਨਹੀਂ ਹੈ, ਹਰੀ ਦਾ ਅਰਥ ਕੀ ਹੈ? ਯੂਨੀਵਰਸਲ ਐਨਰਜੀ, ਉਹ ਰੱਬ ਜਿਹੜਾ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ, ਜਿਸ ਨੂੰ ਗੁਰਬਾਣੀ ਅੱਲਾ ਵੀ ਕਹਿੰਦੀ ਹੈ, ਜਿਸ ਨੂੰ ਗੁਰਬਾਣੀ ਰਹੀਮ ਵੀ ਕਹਿੰਦੀ ਹੈ। ਮੈਂ ਵੀਡੀਓ ਬਣਾਈ ਸੀ ਨਾ ਪਿਛਲੀ ਵਾਲੀ ਪਾਰਟ 1 ਜਿਹੜਾ, ਉਹਨੂੰ ਧਿਆਨ ਨਾਲ ਸੁਣ ਲਈ ਜਾ ਕੇ,
ਤੇ ਆਪ ਵੀਰ ਭੈਣਾਂ ਵੀ ਉਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ। ਇੱਥੇ ਯੂਨੀਵਰਸਲ ਐਨਰਜੀ ਦੀ ਗੱਲ ਹੈ ਵੀ ਹਰ ਕੋ ਨਾਮ ਜਪ ਨਿਰਮਲ ਕਰਮ, ਨਾਮ ਜਪਣ ਦੀ ਗੱਲ ਹੋ ਰਹੀ ਹੈ ਤੇ ਨਾਮ ਦਾ ਅਰਥ ਗੁਰਬਾਣੀ ਵਿੱਚ ਆਇਆ ਹੈ ਗੁਣ। ਵੀ ਨਾਮ ਕਿਵੇਂ ਜਪਣਾ ਹੈ, ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ, ਗੁਣਾਂ ਨੂੰ ਅਡੋਪਟ ਕਰਨਾ। ਨਾਮ ਜਪਣ ਦਾ ਮਤਲਬ ਕੋਈ ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਰਾਮ ਰਾਮ ਕਰਨਾ ਨਹੀਂ ਹੈ। ਇਹ ਤਾਂ ਬੜੇ ਲੋਕ ਕਰ ਹੀ ਰਹੇ ਨੇ, ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਬੇਈਮਾਨੀਆਂ ਵੀ ਕਰੀ ਜਾਂਦੇ ਨੇ, ਅੱਲਾ ਅੱਲਾ ਵੀ ਕਰੀ ਜਾਂਦੇ ਨੇ, ਬੇਈਮਾਨੀਆਂ ਵੀ ਕਰੀ ਜਾਂਦੇ ਨੇ, ਰਾਮ ਰਾਮ ਵੀ ਕਰੀ ਜਾਂਦੇ ਨੇ, ਬੇਈਮਾਨੀਆਂ ਵੀ ਕਰੀ ਜਾਂਦੇ ਨੇ। ਤਾਂ ਹੀ ਉਹ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਹੁਣ ਰਾਮ ਰਾਮ ਕਿਹਾ ਇਹਦੀ ਜਗ੍ਹਾ ਵਾਹਿਗੁਰੂ ਵਾਹਿਗੁਰੂ ਵੀ ਲਾ ਲਓ, ਵੀ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ। ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਉਹ ਸੱਚ ਨਾਲ ਜੁੜ ਜਾਏਗਾ ਇਸ ਤਰੀਕੇ ਨਾਲ, ਕਿਉਂਕਿ ਕੰਮ ਮਾੜੇ ਨੇ, ਬੇਈਮਾਨੀਆਂ ਕਰ ਰਿਹਾ, ਠੱਗੀਆਂ ਮਾਰ ਰਿਹਾ। ਨਾਮ ਜਪਣ ਦਾ ਅਰਥ ਕੀ ਹੈ, ਗੁਣਾਂ ਨੂੰ ਜੀਵਨ 'ਚ ਕਮਾਉਣਾ, ਭਾਵ ਚੰਗੇ ਗੁਣ ਜੀਵਨ ਵਿੱਚ ਲੈ ਕੇ ਆਉਣੇ। ਹਾਂ, ਜ਼ੁਬਾਨ ਤੋਂ ਕੋਈ ਵਾਹਿਗੁਰੂ ਕਹਿੰਦਾ ਠੀਕ ਹੈ ਕਹਿ ਲਵੇ, ਪਰ ਜੀਵਨ 'ਚ ਗੁਣ ਹੋਣੇ ਚਾਹੀਦੇ ਨੇ, ਸੰਤੋਖ ਹੋਣਾ ਚਾਹੀਦਾ, ਧੀਰਜ ਹੋਣਾ ਚਾਹੀਦਾ, ਦਇਆ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ। ਇਹਨਾਂ ਗੁਣਾਂ ਨੂੰ ਜੀਵਨ ਵਿੱਚ ਕਮਾਉਣਾ, ਗੁਰਬਾਣੀ ਇਸ ਨੂੰ ਕਹਿੰਦੀ ਹੈ ਨਾਮ ਜਪਣਾ। ਹਰ ਕੋ ਨਾਮ ਜਪ ਨਿਰਮਲ ਕਰਮ, ਗੁਣਾਂ ਨੂੰ ਜੀਵਨ ਵਿੱਚ ਕਮਾ ਅਤੇ ਉਹਨਾਂ ਗੁਣਾਂ ਦੇ ਮੁਤਾਬਕ ਨਿਰਮਲ ਕਰਮ ਕਰ। ਉਹਨਾਂ ਗੁਣਾਂ ਨੂੰ ਕਮਾ, ਨਿਰਮਲ ਕਰਮ ਕਰ, ਚੰਗੇ ਕੰਮ ਕਰ। ਨਿਰਮਲ ਦਾ ਮਤਲਬ ਹੁੰਦਾ ਮੈਲ ਤੋਂ ਰਹਿਤ, ਕਰਮ ਦਾ ਮਤਲਬ ਹੈ ਕੰਮ, ਮੈਲ ਤੋਂ ਰਹਿਤ ਭਾਵ ਚੰਗੇ ਕੰਮ ਕਰ ਆਪਣੇ ਜੀਵਨ ਦੇ ਵਿੱਚ। ਗੁਰਬਾਣੀ ਤਾਂ ਇਸ ਨੂੰ ਸਭ ਤੋਂ ਉੱਤਮ ਧਰਮ ਕਹਿ ਰਹੀ ਹੈ, ਆਹ ਹੈ ਸਭ ਤੋਂ ਉੱਤਮ ਧਰਮ। ਅਤੇ ਇਹਦੀ ਗੱਲ ਹੀ ਭਗਤ ਕਬੀਰ ਜੀ ਕਰਦੇ ਪਏ ਨੇ ਜਦੋਂ ਕਹਿ ਰਹੇ ਨਾ ਦੀਨ ਵਿਸਾਰਿਓ ਰੇ ਦੀਵਾਨੇ, ਕਿ ਹੇ ਝੱਲੇ ਮਨੁੱਖ, ਹੇ ਦੀਵਾਨੇ ਮਨੁੱਖ, ਤੂੰ ਦੀਨ ਭੁਲਾ ਦਿੱਤਾ, ਤੂੰ ਆਪਣਾ ਧਰਮ ਭੁਲਾ ਦਿੱਤਾ। ਉਹ ਧਰਮ ਕੀ ਸੀ, ਗੁਣਾਂ ਨੂੰ ਜੀਵਨ 'ਚ ਕਮਾਉਣਾ ਅਤੇ ਗੁਣਾਂ ਦੇ ਮੁਤਾਬਕ ਚੰਗੇ ਕਰਮ ਕਰਨੇ। ਤੂੰ ਆਪਣਾ ਧਰਮ ਭੁਲਾ ਦਿੱਤਾ ਹੈ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਅਤੇ ਕਰਦਾ ਕੀ ਹੈ, ਪੇਟ ਭਰਿਓ ਪਸ਼ੂਆਂ ਜਿਉਂ ਸੋਇਓ। ਬਸ ਤੇਰਾ ਧਿਆਨ ਕਿੱਥੇ ਹੈ, ਬੇਈਮਾਨੀਆਂ ਕਰ ਲਵਾਂ, ਠੱਗੀਆਂ ਮਾਰ ਲਵਾਂ ਅਤੇ ਆਪਣਾ ਢਿੱਡ ਭਰ ਲਵਾਂ, ਬਸ ਇੱਥੇ ਕੁ ਤੱਕ ਸੀਮਿਤ ਹੋ ਗਿਆ ਬੰਦਾ। ਪੇਟ ਭਰਿਓ ਪਸ਼ੂਆਂ ਜਿਉਂ ਸੋਇਓ, ਜਿਵੇਂ ਪਸ਼ੂ ਸੌਂਦੇ ਨੇ, ਤੂੰ ਵੀ ਸੁੱਤਾ ਪਿਆ, ਬੇਈਮਾਨੀਆਂ ਕਰਕੇ ਢਿੱਡ ਭਰ ਲਿਆ, ਸੌਂ ਲਿਆ, ਢਿੱਡ ਭਰ ਲਿਆ, ਸੌਂ ਲਿਆ। ਹੁਣ ਰਾਹੁਲ ਆ ਰਿਹਾ ਜੀ, ਅਸਲ ਵਿੱਚ ਦੀਨ ਤਾਂ ਤੁਸੀਂ ਭੁਲਾਇਆ ਹੈ, ਠੀਕ ਹੈ ਸਨਾਤਨ ਮਤ ਤੁਹਾਨੂੰ ਚੇਤੇ ਹੋਵੇਗਾ, ਪਰ ਹਰ ਕੋ ਨਾਮ ਜਪ ਨਿਰਮਲ ਕਰਮ ਵਾਲਾ ਜਿਹੜਾ ਇਹ ਦੀਨ ਹੈ ਨਾ, ਜਿਹੜਾ ਇਹ ਧਰਮ ਹੈ, ਤੁਸੀਂ ਇਹਨੂੰ ਭੁਲਾ ਕੇ ਬਹਿ ਗਏ ਹੋ, ਇਸੇ ਕਰਕੇ ਤੁਸੀਂ ਬੇਈਮਾਨ ਹੋ ਗਏ ਹੋ, ਇਸੇ ਕਰਕੇ ਤੁਸੀਂ ਬੇਈਮਾਨ ਹੋ ਗਏ ਹੋ। ਤੁਸੀਂ ਵੀ ਪੇਟ ਭਰ ਰਹੇ ਹੋ ਅਤੇ ਸੌਂ ਰਹੇ ਹੋ, ਸੱਚਾ ਧਰਮ ਤਾਂ ਤੁਹਾਨੂੰ ਵੀ ਭੁੱਲਾ ਹੋਇਆ, ਉਹ ਇਨਸਾਨੀਅਤ ਦਾ ਧਰਮ, ਉਹ ਇਮਾਨਦਾਰੀ ਦਾ ਧਰਮ, ਉਹ ਸੱਚ ਦਾ ਧਰਮ। ਤੁਸੀਂ ਤਾਂ ਬੇਈਮਾਨ ਹੋਏ ਹੋਏ ਹੋ, ਬੇਈਮਾਨੀ ਨਾਲ ਗੁਰਬਾਣੀ ਦੇ ਅਰਥ ਕਰ ਰਹੇ ਹੋ, ਸੱਚ ਤੁਹਾਡੇ ਪੱਲੇ ਨਹੀਂ ਮੇਰੇ ਵੀਰ। ਪੇਟ ਭਰਿਓ ਪਸ਼ੂਆਂ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਭਗਤ ਕਬੀਰ ਜੀ ਕਹਿੰਦੇ ਮਨੁੱਖਾ ਜਨਮ ਹੈ ਬੰਦਿਆ, ਤੂੰ ਹਾਰਦਾ ਜਾ ਰਿਹਾ ਹੈ, ਇਹ ਮਨੁੱਖਾ ਜਨਮ ਤੈਨੂੰ ਕੋਈ ਚੰਗੇ ਕੰਮ ਕਰਨ ਵਾਸਤੇ ਮਿਲਿਆ ਸੀਗਾ, ਪਰ ਤੂੰ ਚੰਗਿਆਈ ਨਹੀਂ ਕੀਤੀ, ਤੂੰ ਬੁਰਿਆਈਆਂ ਦੇ ਵਿੱਚ ਹੀ ਫਸ ਕੇ ਰਹਿ ਗਿਆ ਹੈ, ਬੇਈਮਾਨੀਆਂ ਦੇ ਵਿੱਚ ਹੀ ਫਸ ਕੇ ਰਹਿ ਗਿਆ ਹੈ, ਸੋ ਤੂੰ ਉਹ ਸੱਚਾ ਧਰਮ ਜਿਹੜਾ ਹੈ ਉਸ ਨੂੰ ਭੁਲਾ ਦਿੱਤਾ ਹੈ। ਸੋ ਅੱਜ ਆਪਾਂ ਦੋ ਸ਼ਬਦਾਂ ਦੀ ਵਿਚਾਰ ਜਿਹੜੀ ਹੈ ਉਹ ਸਾਂਝੀ ਕੀਤੀ ਹੈ। ਆਸ ਹੈ ਤੁਹਾਨੂੰ ਗੁਰਬਾਣੀ ਦੇ ਇਹ ਸ਼ਬਦ ਜਿਹੜੇ ਨੇ ਉਹ ਸੋਹਣੇ ਤਰੀਕੇ ਦੇ ਨਾਲ ਸਮਝ ਆ ਗਏ ਹੋਣਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ, ਕਿਉਂਕਿ ਰਾਹੁਲ ਆਰਿਆ ਦੇ 9.5 ਲੱਖ ਸਬਸਕ੍ਰਾਈਬਰ ਨੇ, ਜਦੋਂ ਉਹ ਵੀਡੀਓ ਬਣਾਉਂਦਾ ਹੈ ਉਹਦੀ ਵੀਡੀਓ ਬਹੁਤ ਦੂਰ ਦੂਰ ਤੱਕ ਜਾਂਦੀ ਹੈ, ਮੇਰੇ ਉਨੇ ਜ਼ਿਆਦਾ ਸਬਸਕ੍ਰਾਈਬਰ ਨਹੀਂ ਕਿ ਮੇਰੀ ਵੀਡੀਓ ਬਹੁਤੀ ਦੂਰ ਤੱਕ ਜਾ ਸਕੇ। ਇਸ ਕਰਕੇ ਸਾਰੇ ਹੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਸੱਚ ਨੂੰ ਸਾਹਮਣੇ ਲਿਆਉਣ ਵਾਸਤੇ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਤਾਂ ਕਿ ਸੱਚ ਦਾ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਜਿਹੜੇ ਵੀ ਵੀਰ ਭੈਣਾਂ ਵੀਡੀਓ ਵੇਖ ਰਹੇ ਨੇ, ਹਰ ਇੱਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਘੱਟੋ ਘੱਟ 10 ਬੰਦਿਆਂ ਤੱਕ ਉਹ ਇਸ ਵੀਡੀਓ ਨੂੰ ਪਹੁੰਚਾਵੇ, ਤਾਂ ਕਿ ਸਾਡਾ ਮੈਸੇਜ ਜਿਹੜਾ ਉਹ ਅੱਗੇ ਤੋਂ ਅੱਗੇ ਜਾ ਸਕੇ। ਬਾਕੀ ਦੀ ਵਿਚਾਰ ਜਿਹੜੀ ਹੈ ਉਹ ਤੀਜੇ ਪਾਰਟ ਦੇ ਵਿੱਚ ਲੈ ਕੇ ਮੈਂ ਤੁਹਾਡੇ ਸਾਹਮਣੇ ਆਵਾਂਗਾ। ਅੱਜ ਦੇ ਲਈ ਬਸ ਇੰਨਾ ਹੀ, ਧੰਨਵਾਦ। ਇਸੇ ਤਰ੍ਹਾਂ ਗੁਰਬਾਣੀ ਕਥਾ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਤੁਸੀਂ ਮੇਰਾ ਯੂਟਿਊਬ ਚੈਨਲ ਬਲਜੀਤ ਸਿੰਘ ਦਿੱਲੀ ਔਫੀਸ਼ੀਅਲ, ਉਸ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਤੋਂ ਬਾਅਦ ਇੱਕ ਘੰਟੀ ਬਣੀ ਹੋਈ ਆਏਗੀ, ਉਸ ਘੰਟੀ ਨੂੰ ਵੀ ਦਬਾ ਦਿਓ,
ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਉਸ ਦਾ ਮੈਸੇਜ ਆਪ ਜੀ ਤੱਕ ਪਹੁੰਚ ਜਾਵੇ।